ਖਬਰਾਂ ਦੇ ਇਸ ਪੋਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰਿਤ ਕੋਰ ਤੇ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੇਸਨ ਨਾਲ ਫੋਨ ਤੇ ਗੱਲਬਾਤ ਕਰਕੇ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਨੂੰ ਕੋਰੋਨਾ ਦੇ ਟਾਕਰੇ ਲਈ ਖੁੱਲ੍ਹਦਲੀ ਨਾਲ ਅਤੇ ਛੇਤੀ ਸਹਾਇਤਾ ਦਿੱਤੇ ਜਾਣ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਯੂਰਪੀ ਕੌਂਸਲ ਦੀ ਮੀਟਿੰਗ ਵਿੱਚ ਸ਼ਿਰਕਤ ਕਰਨਗੇ ਮੀਟਿੰਗ ਦੌਰਾਨ ਕੋਵਿਡ-19 ਮਹਾਮਾਰੀ ਅਤੇ ਪਾਰਟੀ ਯੂਰਪੀ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਤੇ ਚਰਚਾ ਦੀ ਸੰਭਾਵਨਾ ਸੁਪਰੀਮ ਕੋਰਟ ਨੇ ਨਵੀਂ ਦਿੱਲੀ ਦੇ ਸੈਂਟਰਲ ਵਿਸਥਾਰ ਪ੍ਰੋਜੈਕਟ ਤੇ ਚੱਲ ਰਹੇ ਉਸਾਰੀ ਕੰਮਾਂ ਤੇ ਰੋਕ ਲਗਾਉਣ ਬਾਰੇ ਪਟੀਸ਼ਨ ਖਾਰਜ ਕੀਤੀ एमके स्टोलिन ने तमिलनाडु दे नवे मुख्यमंत्री वजों सोच चुकी एन रंगस्वामी ने केंद्र शासित प्रदेश पुडुचेरी दे मुख्यमंत्री वजों सोच चुकी पार्थवेच बीते 24 घंटे दौरान कोरोना वायरस दे रिकॉर्ड 414188 मामले दर्ज हुन तक 1 करोड़ 7612351 कोरोना मरीज सेहतयाब हुए ਪਾਰਟੀਸਾਨਾ ਨੇ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਲਈ ਕੋਵਿਡ ਪ੍ਰਬੰਧਨ ਸੈੱਲ ਸਥਾਪਿਤ ਕੀਤਾ। ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਦੇਸ਼ ਵਿੱਚ ਦਾਲਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਹਾਸਲ ਕਰਨ ਲਈ ਵਿਸ਼ੇਸ਼ ਖਰੀਫ ਰਣਨੀਤੀ ਤਿਆਰ ਕੀਤੀ। ਮੋ ਗਾਜੇਲਾ ਦੇ ਕਿਸਾਨਾ ਨੇ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਕਣਕ ਦੀ ਖਰੀਦ ਦੀ ਅਦਾਇਗੀ ਆਪਣੇ ਖਾਤਿਆਂ ਵਿੱਚ ਪ੍ਰਾਪਤ ਕਰਨ ਤੇ ਤਸੱਲੀ ਪ੍ਰਗਟ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸ ਨਾਲ ਫੋਨ ਤੇ ਗੱਲਬਾਤ ਕਰਕੇ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਨੂੰ ਕੋਰੋਨਾ ਦੇ ਟਰੈਕਰ ਲਈ ਖੁੱਲ੍ਹ ਦੇ ਲਈ ਨਾਲ ਅਤੇ ਛੇਤੀ ਸਹਾਇਤਾ ਦੇ ਤੇ ਜਾਣ ਦੀ ਸ਼ਲਾਘਾ ਕੀਤੀ। ਉਹਨਾਂ ਇਸ ਸਵਾਸਥੀ ਆਸਟ੍ਰੇਲੀਆ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ। ਦੋਵੇਂ ਨੇ ਤਵਾਂ ਨੇ ਵਿਸ਼ੇਸ਼ ਵਿਸ਼ਵ ਪੱਧਰ ਤੇ ਕੋਵਿਡ-19 ਤੇ ਕਾਬੂ ਪਾਉਣ ਲਈ ਕੋਵਿਡ ਵੈਕਸੀਨ ਅਤੇ ਦਵਾਈਆਂ ਤੱਕ ਬਰਾਬਰ ਅਤੇ ਸਸਤੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਦੱਖਣ ਅਫਰੀਕਾ ਅਤੇ ਪਾਰਤਵ ਲੋ ਕੋਰੋਨਾ ਵੈਕਸੀਨ ਤੇ ਪੇਟੈਂਟ ਹਟਾਉਣ ਸੰਬੰਧੀ ਕੀਤੀ ਪਹਿਲ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਪਿਛਲੇ ਸਾਲ ਜੂਨ ਮਹੀਨੇ ਹੋਏ ਦੋਲੇ ਵਰਚੁਅਲ ਸਿਖਰ ਸੰਮੇਲਨ ਮਗਰੋਂ ਹੁਣ ਤੱਕ ਪਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਪਾਈਵਾਲੀ ਵਿੱਚ ਹੋਈ ਤੇ ਰਕੀਦਾ ਵੀ ਚਾਇਜ਼ਾ ਲਿਆ ਅਤੇ ਲੋਕਾਂ ਤੋਂ ਲੋਕਾਂ ਤੱਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਸਹਿਯੋਗ ਨੂੰ ਵਧਾਉਣ ਬਾਰੇ ਢੰਗ ਤਰੀਕਿਆਂ ਤੇ ਵੀ ਚਰਚਾ ਕੀਤੀ ਗਈ ਫੋਨ ਤੇ ਹੋਈ ਇਸ ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਖੇਤਰੀ ਮੁੱਦਿਆਂ ਤੇ ਚਰਚਾ ਕੀਤੀ ਅਤੇ ਕਾਨੂੰਨ ਅਤੇ ਧਾਰਤ ਅੰਤਰਰਾਸ਼ਟਰੀ ਪਰਬੰਧ ਅਤੇ ਮੁਕਤ ਅਤੇ ਨਾਲ ਹੀ ਖੁੱਲੇ ਪ੍ਰਾਪਤ ਪ੍ਰਸ਼ਾਂਤ ਖੇਤਰ ਲਈ ਇਕੱਠੇ ਕੰਮ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨરેન્દ્ર મોદી ਪਲਕੇ ਯੂਰਪੀ ਕੌਂਸਲ ਦੀ ਮੀਟਿੰਗ ਵਿੱਚ ਵਿਸ਼ੇਸ਼ ਸੱਦੇ ਵੱਜੋਂ ਸ਼ਰਕਤ ਕਰਨਗੇ ਪਾਰਤ ਯੂਰਪੀ ਯੂਨੀਅਨ ਦੇ ਨੇਤਾਵਾਂ ਦੀ ਇਸ ਬੈਠਕ ਦੀ ਮੇਜ਼ਬਾਨੀ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋ ਕੋਸਟਾ ਕਰ ਰਹੇ ਨੇ ਪੁਰਤਗਾਲ ਇਸ ਸਮੇਂ ਯੂਰਪੀ ਯੂਨੀਅਨ ਦੀ ਕੌਂਸਲ ਦਾ ਪ੍ਰਧਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀ ਯੂਨੀਅਨ ਦੇ ਸਾਰੇ ਹੀ ਸਤਾਈ ਮੈਂਬਰ ਦੇਸ਼ਾਂ ਦੇ ਮੁਖੀਆਂ ਨਾਲ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ ਯੂਰਪੀ ਯੂਨੀਅਨ ਦੇ ਸਤਾਈ ਤੋਂ ਵੱਧ ਮੈਂਬਰ ਦੇਸ਼ ਇਸ ਸਾਲ ਮਾਰਚ ਵਿੱਚ ਅਮਰੀਕੀ ਰਾਸ਼ਟਰਪਤੀ ਨਾਲ ਸਿਰਫ ਇੱਕ ਵਾਰ ਮਿਲੇ ਸਨ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇਤਾ ਕੋਵਿਡ-19 ਮਹਾਮਾਰੀ ਅਤੇ ਸਿਹਤ ਸੰਭਾਲ ਖੇਤਰ ਵਿੱਚ ਸਹਿਯੋਗ ਅਤੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਭਾਰਤੀ ਯੂਰਪੀ ਆਰਥਿਕ ਸਾਂਝਦਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ 'ਤੇ ਚਰਚਾ ਕਰਨਗੇ ਭਾਰਤ ਯੂਰਪੀ ਨੇਤਾਵਾਂ ਦੀ ਇਹ ਮੀਟਿੰਗ ਯੂਰਪੀ ਕੌਂਸਲ ਦੇ ਮੈਂਬਰ ਦੇਸ਼ਾਂ ਦੇ ਸਾਰੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਲਈ ਇੱਕ ਵਧੀਆ ਤੇ ਮਹੱਤਵਪੂਰਨ ਰਾਜਨੀਤਿਕ ਮੌਕਾ ਹੈ ਅਤੇ ਇਹ ਪਿਛਲੇ ਵਰੇ ਜੁਲਾਈ ਵਿੱਚ ਹੋਈ 15ਵੀਂ ਭਾਰਤ ਯੂਨੀਅਨ ਮੀਟਿੰਗ ਤੋਂ ਬਾਅਦ ਦੋਹਾਂ ਵਿੱਚ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਗਤੀ ਪ੍ਰਦਾਨ ਕਰੇਗਾ ਸੁਪਰੀਮ ਕੋਰਟ ਨੇ ਅੱਜ ਨਵੀਂ ਦਿੱਲੀ ਦੇ ਸੈਂਟਰਲ ਵਿਸਤਾ ਪ੍ਰੋਜੈਕਟ ਦੇ ਚੱਲ ਰਹੇ ਉਸਾਰੇ ਕੰਮ 'ਤੇ ਰੋਕ ਲਗਾਉਣ ਬਾਰੇ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਵਨੀਤ ਸਾਰਨ ਅਤੇ ਦਿਨੇਸ਼ ਮਹੇਸ਼ਵਰੀ ਨੇ ਅਦਾਰਤ ਬੈਂਚ ਨੇ ਇਸ ਮਾਮਲੇ 'ਤੇ ਦਿੱਲੀ ਹਾਈ ਕੋਰਟ ਵਿੱਚ ਮਾਮਲਾ ਲੰਬਿਤ ਹੋਣ ਦੇ ਮੱਦੇਨਜ਼ਰ ਪਟੀਸ਼ਨ 'ਤੇ ਗੌਰ ਕਰਨ ਤੋਂ ਇਨਕਾਰ ਕੀਤਾ ਪਰ ਸਰਵੋਚ ਅਦਾਲਤ ਦੇ ਪਟੀਸ਼ਨਰਾਂ ਨੂੰ ਜਲਦੀ ਸੁਣਵਾਈ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਨ ਦੀ ਛੋਟ ਦੇ ਦਿੱਤੀ। ਬੈਂਚ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਹਾਈ ਕੋਰਟ ਇਸ ਪਟੀਸ਼ਨ ਦੇ ਛੇਤੀ ਸੁਣਵਾਈ ਕਰਕੇ ਫੈਸਲਾ ਦੇਵੇਗਾ ਪਟੀਸ਼ਨਰਾਂ ਦੀ ਤਰਫੋਂ ਕੇਸ਼ ਹੁੰਦੇ ਆ ਸੀਨੀਅਰ ਵਕੀਲ ਸੁਧਾਰਤ ਲੁਧਰਾ ਨੇ ਕਿਹਾ ਕਿ ਸੈਂਟਰਲ ਵਿਸਥਾ ਪ੍ਰੋਜੈਕਟ ਦੇਵਸਾਰੀ ਕਾਰਨ ਮਨੋਕੀ ਸੇਤ ਸੰਕਟ ਖੜਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇ ਪ੍ਰੋਜੈਕਟ 4 ਤੋਂ 6 ਮਹੀਨੇ ਲਈ ਅੱਗੇ ਪਾ ਦਿੱਤਾ ਜਾਂਦਾ ਤਾਂ ਕੀ ਹੋ ਜਾਂਦਾ ਉਹਨਾਂ ਅੱਗੇ ਕਿਹਾ ਕਿ ਕੋਵਿਡ ਕਾਰਨ ਆਈਪੀਐਲ ਟੂਰਨਾਮੈਂਟ ਵੀ ਮੁਲਤਵੀ ਕੀਤਾ ਗਿਆ ਅੱਜ ਅਸੀਂ ਅਜੇ ਹੀ ਸਥਿਤੀ ਵਿੱਚ ਹਾਂ ਜਦ ਕਰੋਨਾ ਦਾ ਪਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਭਾਰ ਦੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿੰਦਰ ਦੀ ਤਰਫੋਂ ਸੈਂਟਰਲ ਵਿਸਥਾ ਪ੍ਰੋਜੈਕਟ ਦੇਵਸਾਰੀ ਕੰਮ ਨੂੰ ਮੁਲਤਵੀ ਕਰਨ ਦਾ ਵਿਰੋਧ ਕੀਤਾ 10 ਸਾਲ ਤੋਂ ਲੰਬੇ ਵਕਫੇ ਤੋਂ ਬਾਅਦ Tamil Nadu ਵਿੱਚ ਅੱਜ MK Stalin ਦੀ ਅਗਵਾਈ ਵਾਲੀ DMK ਸਰਕਾਰ ਹੋਂਦ ਵਿੱਚ ਆਈ। Tamil Nadu ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਚਨਈ ਵਿੱਚ ਰਾਜਪਵਨ ਵੇਖੀ MK Stalin ਨੂੰ ਮੁੱਖ ਮੰਤਰੀ ਵਜੋਂ ਔਦੀ ਅਤੇ ਸਰਕਾਰੀ ਪੇਧ ਗੁਪਤ ਰੱਖਣ ਦੀ ਸੋਚ ਕਾਈ ਹੋ। ਉਨ੍ਹਾਂ ਤੋਂ ਇਲਾਵਾ 34 ਵਿਧਾਨਕਾਰਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸੌ ਚੁੱਕੇ। ਮੁੱਖ ਮੰਤਰੀ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਐਮਕੇ ਸਟਾਲਿਨ ਨੇ ਕਈ ਨਵੇਂ ਹੁਕਮ ਜਾਰੀ ਕੀਤੇ ਜਿਨ੍ਹਾਂ ਵਿੱਚ ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਕੋਵਿਡ ਰਿਲੀਫ ਵਜੋਂ 4-4 ਹਜ਼ਾਰ ਰੁਪਏ ਦੀ ਰਾਸ਼ੀ ਦੇਣਾ, ਮਹਿਲਾਵਾਂ ਵਾਸਤੇ ਮੁਫਤ ਬੱਸ ਸਫ਼ਰ, ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਦਾ ਮੁਫਤ ਇਲਾਜ ਅਤੇ ਆਵੰਦ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਦੀ ਕਟੌਤੀ ਆਦਿ ਸ਼ਾਮਲ ਨੇ। ਪੁੱਡੂਚੇਰੀ ਵਿੱਚ ਵੀ ਨਵੀਂ ਸਰਕਾਰ ਹੁੰਦ ਵਿੱਚ ਆ ਗਈ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੇ ਉਪ ਰਾਜਪਾਲ ਡਾਕਟਰ ਤਾਮਿਲਿਸਾਈ ਸੋਦਰ ਰਾਜਨ ਨੇ ਅੱਜ ਪੁੱਡੂਚੇਰੀ ਵਿੱਚ ਐਨ ਰੰਗਾਸਾਮੀ ਨੂੰ ਮੁੱਖ ਮੰਤਰੀ ਵਜੋਂ ਔਦਤੇ ਸਰਕਾਰੀ ਪੇਡ ਗੁਪਤ ਰੱਖਣ ਦੀ ਸੌਚਕਾਈ ਐਨ ਰੰਗਾਸਾਮੀ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੇ ਵੀਵੇਂ ਮੁੱਖ ਮੰਤਰੀ ਨੇ ਅੱਜ ਕਿਸੇ ਵੀ ਮੰਤਰੀ ਨੂੰ ਸੌ ਨਹੀਂ ਚੁਕਾਈ ਗਈ ਕਰੋਨਾ ਵਾਇਰਸ ਕਾਰਨ ਸੌ ਚੁਕ ਸਮਾਗਮ ਵਿੱਚ ਮਹਿਮਾਨਾਂ ਦੀ ਗਿਣਤੀ ਵੀ ਸੀਮਤ ਰੱਖੀ ਗਈ ਪਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਰਿਕਾਰਡ 414188 ਮਾਮਲੇ ਦਰਜ ਹੋਏ ਜਿਸ ਸਮਗਰੂ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਸੰਖਿਆ 2 ਕਰੋੜ 1492000 ਤੋਂ ਪਾਰ ਹੋ ਗਈ ਹੈ। ਬੀਤੇ ਦਿਨ 3915 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੁਣ ਤੱਕ ਦੇਸ਼ ਵਿੱਚ 234083 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਪਾਰਤ ਵਿੱਚ ਹੁਣ ਤੱਕ 1 ਕਰੋੜ 7612351 ਕੋਰੋਨਾ ਮਰੀਜ਼ ਸਿਹਤਯਾਬ ਹੋਏ ਨੇ। ਪਾਰਟ ਵਿੱਚ 12 ਸੂਬਿਆਂ ਵਿੱਚ ਵੀ ਇਸ ਸਮੇਂ ਕਰੋਨਾ ਵਾਇਰਸ ਦੇ 1 ਲੱਖ ਤੋਂ ਵੱਧ ਐਕਟਿਵ ਕਰੋਨਾ ਮਰੀਜ਼ ਮੌਜੂਦ ਨੇ ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ਼ ਵਿੱਚ 7 ਸੂਬੇ ਅਜਿਹੇ ਨੇ ਜਿਨ੍ਹਾਂ ਵਿੱਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਸੰਖਿਆ 50 ਹਜ਼ਾਰ ਤੋਂ 1 ਲੱਖ ਵਿਚਕਾਰ ਹੈ ਜਦ ਕਿ 17 ਸੂਬਿਆਂ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 50 ਹਜ਼ਾਰ ਤੋਂ ਕਾਟੇ ਪ੍ਰੈਸ ਬਰੀਫਿੰਗ ਦੌਰਾਨ ਸਿਹਤ ਮੰਤਰਾਲਾ ਵਿੱਚ ਵਧੀਕ ਸਕੱਤਰ ਆਰਤੀ ਅਹੂਜਾ ਨੇ ਦੱਸਿਆ ਕਿ ਮਹਾਰਾਸ਼ਟਰ ਉੱਤਰ ਪ੍ਰਦੇਸ਼ ਰਾਜਸਥਾਨ ਦਿੱਲੀ ਤੋਂ ਇਲਾਵਾ ਛਤੀਸਗੜ੍ਹ हरियाणा उत्तर प्रदेश और गुजरात में कोरोना मामलों में कमी दर्ज की गई है जबकि कर्नाटक केरल तमिलनाडु पंजाब पश्चिम बंगाल और जम्मू कश्मीर में कोरोना के केसों में वादा हो रहा है यदि हम पूरे देश का एक चित्र देखें तो हम देखते हैं राज्यों में कि जिन राज्यों में एक्टिव केसेस 50000 से कम हैं 50000 से 1 लाख के बीच हैं और एक्टिव केसेस एक लाख से ज्यादा हैं उनकी यहाँ मैपिंग की गई है तो जहाँ पर एक लाख से ज्यादा एक्टिव केसेस हैं वैसे बारह राज्य हैं जहाँ पचास हजार से एक लाख के बीच के एक्टिव केसेस हैं वैसे सात राज्य हैं और जहाँ पचास हजार से कम एक्टिव केसेस हैं वैसे सत्रह राज्य हैं यदि हम राज्य देखें जहाँ पर की केस लोड ज्यादा है वो राज्य सात वाली टेबल पे हैं और क्रमतावश वो हैं महाराष्ट्र कर्नाटक, केरला उत्तर प्रदेश राजस्थान आंध्र प्रदेश गुजरात तमिलनाडु छत्तीसगढ़ वेस्ट बंगाल हरियाणा और बिहार ਕੀਂਦੇ ਸਰਕਾਰ ਨੇ ਕਰੋਨਾ ਸੰਕਟ ਦਰਮਿਆਨ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਦੇਵਾਂਗ ਅਤੇ ਗਰਭਵਤੀ ਮਹਿਲਾ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਹਾਜ਼ਰ ਹੋਣ ਤੋਂ ਇਸ ਮਹੀਨੇ ਦੀ 31 ਤਰੀਕ ਤੱਕ ਛੋੜ ਦੇਣ ਦਾ ਐਲਾਨ ਕੀਤਾ ਹੈ। ਕੀਂਦੇ ਸਰਕਾਰ ਦੇ ਪਰਸਨਲ ਅਤੇ ਸਖਲਾਈ ਵਪਾਗ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਦਫ਼ਤਰ ਆਉਣ ਤੋਂ ਛੋੜ ਦਿੱਤੀ ਗਈ ਹੈ ਉਹ ਘਰਾਂ ਤੋਂ ਹੀ ਦਫ਼ਤਰ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਡਿਊਟੀ ਦਾ ਸਮਾਂ ਵੀ ਟੁੱਟਵਾ ਕਰ ਦਿੱਤਾ ਗਿਆ ਹੈ ਤਾਂ ਜੋ ਕੰਮ ਕਰਨ ਵਾਲਿਆਂ ਦੀਆਂ ਥਾਵਾਂ ਤੇ ਜ਼ਿਆਦਾ ਲੋਕਾਂ ਦਾ ਇਕੱਠ ਨਾ ਹੋਵੇ ਕਹਿੰਦੇ ਸਰਕਾਰ ਦੇ ਉਹ ਸਾਰੇ ਮੁਲਾਜ਼ਮ ਜਿਹੜੇ ਕੰਟੇਨਮੈਂਟ ਜ਼ੋਨਾਂ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਕੰਟੇਨਮੈਂਟ ਜ਼ੋਨਾਂ ਦੀ ਡੀ ਨੋਟੀਫਾਈ ਹੋਣ ਤੱਕ ਦਫ਼ਤਰ ਆਉਣ ਤੋਂ ਛੋੜ ਦਿੱਤੇ ਗਏ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਫ਼ਤਰਾਂ ਵਿੱਚ ਆਉਣ ਵਾਲੇ ਸਾਰੇ ਮੁਲਾਜ਼ਮ ਕੋਵਿਡ ਉਚਿਤ ਵਿਹਾਰ ਦੀ ਸਖਤੀ ਨਾਲ ਪਾਲਣਾ ਕਰਨਗੇ ਜਿਸ ਵਿੱਚ ਮਾਸਕ ਪਾਉਣਾ ਸਮਾਜਿਕ ਦੂਰੀ ਸੈਨੀਟਾਈਜ਼ਰ ਦੀ ਵਰਤੋਂ ਤੇ ਸਾਬਣ ਨਾਲ ਵਾਰ-ਵਾਰ ਹੱਥ ਧੋਣਾ ਸ਼ਾਮਿਲ ਹੈ ਕੇਂਦਰ ਨੇ ਕਿਹਾ ਹੈ ਕਿ ਅਜੇ ਵੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਕੋਵਿਡ ਟੀਕਿਆਂ ਦੀਆਂ 90 ਲੱਖ 30670 ਖੁਰਾਕਾਂ ਮੌਜੂਦ ਨੇ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਭਰ ਵਿੱਚ ਜਾਇਜ਼ਾ ਆ ਗਈਆਂ ਕਰੋਨਾ ਟੀਕਿਆਂ ਦੀਆਂ ਖੁਰਾਕਾਂ ਸਮੇਤ 16 ਕਰੋੜ 44 ਲੱਖ 70100 ਕੋਵਿਡ ਟੀਕੇ ਦੀਆਂ ਖੁਰਾਕਾਂ ਦੀ ਖਪਤ ਹੋਈ ਹੈ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਸੂਬਿਆਂ ਨੂੰ ਆਉਣ ਵਾਲੇ 3 ਦਿਨਾਂ ਦੇ ਅੰਦਰ 10 ਲੱਖ 25000 ਕੋਵਿਡ ਟੀਕਿਆਂ ਦੀਆਂ ਹੋਰ ਖੁਰਾਕਾਂ ਮਿਲ ਜਾਣਗੀਆਂ ਪਾਰਤੀ ਸੈਨਾ ਨੇ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਲਈ ਕੋਵਿਡ ਪ੍ਰਬੰਧਨ ਸੈੱਲ ਸਥਾਪਿਤ ਕੀਤਾ ਹੈ ਐਸਐਲ ਡਾਇਰੈਕਟਰ ਜਨਰਲ ਰੈਂਕ ਦੇ ਅਧਿਕਾਰੀ ਅਦੀਨ ਕੰਮ ਕਰੇਗਾ ਤੇ ਸੈਨਾ ਦੇ ਉਪ ਮੁਖੀ ਨੂੰ ਸਿੱਧੇ ਤੌਰ ਤੇ ਰਿਪੋਰਟ ਕਰੇਗਾ ਦਿੱਲੀ ਵਿੱਚ ਪਹਿਲਾਂ ਤੋਂ ਹੀ ਟੈਸਟਿੰਗ ਸੈਨਿਕ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲੇਆਂ ਮਹੱਤਵਪੂਰਨ ਮੈਡੀਕਲ ਉਪਕਰਨਾ ਦੀ ਟੋਆ ਟਵਾਈ ਦੇ ਰੂਪ ਵਿੱਚ ਨਾਗਰਿਕ ਪ੍ਰਸ਼ਾਸਨ ਨੂੰ ਮਦਦ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੈਨਾ ਨੇ ਦਿੱਲੀ ਅਹਮਦਾਬਾਦ ਲਖਨਊ ਵਾਰਾਨਸੀ ਅਤੇ ਪਟਨਾ ਵਿੱਚ ਨਾਗਰਿਕ ਅਧਿਕਾਰੀਆਂ ਦੀ ਸਹਾਇਤਾ ਲਈ ਇੱਕ ਵੱਡੀ ਗੰਢੀ ਵਿੱਚ ਮੈਡੀਕਲ ਸਰੋਤ ਉਪਲਬਧ ਕਰਵਾਏ ਨੇ ਕੇਤਰੀ ਮੰਤਰਾਲੇ ਨੇ ਦਾਲਾਂ ਦੇ ਉਤਪਾਦਨ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਦੇ ਉਦੇਸ਼ ਨਾਲ 2021 ਦੇ ਖਰੀਫ ਸੀਜ਼ਨ ਲਈ ਵਿਸ਼ੇਸ਼ ਖਰੀਫ ਰਣਨੀਤੀ ਤਿਆਰ ਕੀਤੀ ਹੈ ਇਸ ਰਣਨੀਤੀ ਅਧੀਨ ਕੇਂਦਰੀ ਬੀਜ ਏਜੰਸੀਆਂ ਤੇ ਰਾਜਾਂ ਕੋਲ ਉਪਲਬਧ ਵੱ ਚੜ ਦੇਣ ਵਾਲੇ ਬੀਜਾਂ ਦੀਆਂ ਕਿਸ਼ਮਾਂ ਦਾ ਇਸਤੇਮਾਲ ਕੀਤਾ ਜਾਵੇਗਾ ਮੰਤralਾ ਨੇ ਕਿਹਾ ਹੈ ਕਿ ਇਹ ਬੀਜ ਅੰਤਰਫਸਲੀ ਜਾਈ ਕਰਲੀ ਫਸਲ ਰਾਹੀ ਦਾਲਾਂ ਹੈਂਚਲੇ ਰਕਬੇ ਨੂੰ ਵਧਾਉਣ ਲਈ ਮੁਫਤ ਵੰਡਿਆ ਜਾਵੇਗਾ 2021 ਦੇ ਆਉਂਦੇ ਖਰੀਫ ਸੀਜ਼ਨ ਲਈ ਤਕਰੀਬਨ 82 ਕਰੋੜ ਰੁਪਏ ਮੁੱਲ ਦੇ ਬੀਜਾਂ ਦੀਆਂ 20 ਲੱਖ ਮਿੰਨੇ ਗਿੱਟਾਂ ਵੰਡਣ ਦੀ ਤਸਵੀਜ਼ ਕੀਤੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਵਾਧ ਨੇ ਇਹਨਾਂ ਮਿੰਨੇ ਗਿੱਟਾਂ ਦੀ ਸਾਰੀ ਕੀਮਤ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ ਤਾਂ ਜੋ ਮੂੰਗ ਤੂਰ ਤੇ ਉਰਦ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਮੰਤਰਾਲਾ ਅਨੁਸਾਰ ਦੇਸ਼ ਪਾਰਵਰਚੇ ਇਸਰਣ ਨੀਤੀ ਦੇ ਤਹਿਤ 4 ਲੱਖ ਹੈਕਟੇਅਰ ਰਕਬੇ ਕਿ ਨਦਾਲਾਂ ਦੀ ਕਾਰਸ਼ਕ ਕੀਤੀ ਜਾਵੇਗੀ ਮੰਤralਾ ਨੇ ਬਿਆਨ ਵਿੱਚ ਕਿਹਾ ਹੈ ਕਿ ਖਰੀਫ ਮਿਨੀ ਕਿਟ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਬੰਧਤ ਜ਼ਿਲ੍ਹਿਆਂ ਨਾਲ ਵਿਆਪਕ ਪੱਧਰ ਤੇ ਪਹੁੰਚ ਕੀਤੀ ਜਾਵੇਗੀ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਖੇਤੀ ਟੈਕਨੋਲੋਜੀ ਐਪਲੀਕੇਸ਼ਨ ਖੋਜ ਸੰਸਥਾਵਾਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਮੰਤ੍ਰਾਲਾ ਨੇ ਕਿਹਾ ਕਿ ਭਾਰਤ ਅਜੀਵੀ 4 ਲੱਖ ਟਨ ਦੇ ਕਰੀਬ ਦੂਰ 60 ਹਜ਼ਾਰ ਟਨ ਮੂੰਗ ਅਤੇ 3 ਲੱਖ ਟਨ ਕਰੀਬ ਉਰਦ ਦੀ ਦਾਲ ਦਰਾਮਦ ਕਰ ਰਿਹਾ ਹੈ ਤਾਂ ਜੋ ਦੇਸ਼ ਵਿੱਚ ਇਹਨਾਂ ਦਾਲਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ ਮੰਤ੍ਰਾਲਾ ਨੇ ਕਿਹਾ ਕਿ ਵਿਸ਼ੇਸ਼ ਖਰੀਦ ਰਣਨੀਤੀ ਜਿੱਥੇ ਵਿਦੇਸ਼ਾਂ ਤੋਂ ਇਹਨਾਂ ਦਾਲਾਂ ਦੀ ਦਰਾਮਦ ਦਾ ਬੋਝ ਘਟਾਏਗੀ ਉੱਥੇ ਹੀ ਭਾਰਤ ਨੂੰ ਦਾਲਾਂ ਦੇ ਉਤਪਾਦਨ ਲਈ ਆਤਮ ਨਿਰਭਰ ਵੀ ਬਣਾਏਗੀ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਦੀ ਆਮਦ جاری ਏ ਇਸ ਵਾਰ ਕਿਸਾਨ ਪਹਿਲੀ ਵਾਰ ਆਪਣੀ ਜਿੰਸ ਦੀ ਅਦਾਇਗੀ ਖਾਤਿਆਂ ਵਿੱਚ ਪ੍ਰਾਪਤ ਕਰਕੇ ਕਾਫੀ ਖੁਸ਼ ਨੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਮਗਰੋਂ 1-2 ਦਿਨਾਂ ਦੇ ਅੰਦਰ ਹੀ ਸਿੱਧਾ ਲਾਭਤ ਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਪ੍ਰਾਪਤ ਹੋ ਜਾਂਦੀ ਏ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਸਿੱਧੀ ਅਦਾਇਗੀ ਨੂੰ ਕਿਸਾਨਾਂ ਲਈ ਲਹਵਾਂ ਦੱਸਿਆ ਅਤੇ ਸਰਕਾਰ ਦਾ ਧੰਨਵਾਦ ਕੀਤਾ ਜ਼ਿਲ੍ਹੇ ਦੇ ਪਿੰਡ ਕੋਠੇਪਤੀ ਮੁਹੱਬਤ ਦੇ ਕਿਸਾਨ ਕੇਵਲ ਸਿੰਘ ਖੋਸਾ ਕੋਟਲਾ ਦੇ ਬਲਦੇਵ ਸਿੰਘ ਤਲਵੰਡੀ ਪੰਗੇਰੀਆਂ ਦੇ ਬਲਕਰਨ ਸਿੰਘ ਉਲਹਾਰਾ ਦੇ ਬਗੇਲ ਸਿੰਘ ਅਤੇ ਕਹਿਲਾ ਪਿੰਡ ਦੇ ਕਿਸਾਨ ਰਣਦੀਪ ਪਾਲ ਸਿੰਘ ਨੇ ਕਿਹਾ ਕਿ ਜਣਸ ਦੀ ਖਰੀਦ ਨਿਰਵਿਘਨ ਟਾਂਗ ਨਾਲ ਹੋਈ ਅਤੇ ਉਹਨਾਂ ਨੂੰ ਅਦਾਈਆਂ ਉਹਨਾਂ ਦੇ ਖਾਤਿਆਂ ਵਿੱਚ ਮਿਲ ਗਈਆਂ ਸਾਹਬ ਦਾ ਸਰਪੰਚ ਕੋਠੇਪਤੀ ਮੁਹੱਬਤ ਪ੍ਰਣਾਮਕਤ ਬੋਲ ਰਹੇ ਜੋ ਕਿ ਮੇਰੇ ਕੋਲੇ ਖੇਤੀ तकरीबन 29 32 ਕਿੱਲੇ ਖੇਤੀ ਹੈ ਮੇਰੀ तकरीबन 12 ਲੱਖ ਦੀ ਕਣਕ एफसी ਨੇ ਕ੍ਰੈਡਿਟ ਕੀਤੀ ਮੇਰੇ ਅਕਾਊਂਟ 'ਚ ਆਈ ਐ ਲੋਕ ਗੁਜਾਰਾ ਸਾਡੇ ਆੜਤੀਆ ਸਹਿਬਾਨ ਦੇ ਜਿਨ੍ਹਾਂ ਨੇ ਤਾਂ ਐ ਮੈਂ ਕਰਕੇ ਬਾਹਰ ਦਾ ਨਾ ਲਿਆ ਕੇ ਸਾਡੀ ਕਣਕ ਨੂੰ ਫਸਲ ਨੂੰ ਨਿਪਰੇ ਚੜਿਆ ਤੇ ਸਾਡੀ ਦੇਕੀ ਨੂੰ ਕਾਨ ਲਵ ਕੀਤਾ 2 ਲੱਖ ਦੀ ਫਸਲ ਹੋਈ 5 ਕਿੱਲੇ ਆਪਣੇ ਤੇ ਬਾਹਰੋਂ 13 ਦਿਨ ਨਹੀਂ ਆਏ ਅਕਾਊਂਟ 'ਤੇ ਪਹਿਲਾਂ ਤਾਂ ਆਏ ਨਹੀਂ ਕਿ ਕਹੀ ਜਾਂਦੇ ਪਹਿਲਾਂ ਆਉਣਗੇ ਬਾਹਰੋਂ 13 ਦਿਨ ਨਹੀਂ ਆਏ ਮੇਰਾ ਨਾਮ ਬਲਕਰਨ ਸਿੰਘ ਪਿੰਡ ਤਲਵੰਡੀ ਬੰਗੇਰੀਆਂ ਮੇਰੀ ਫਸਲ 9 ਕਿੱਲੇ ਸੀ ਕਣਕ ਦੀ ਜਿਹਦੀ ਤਕਰੀਬਨ ਕੀਮਤ ਪੌਣੇ ਕਿ 4 ਲੱਖ ਰੁਪਏ ਬੰਦੀ ਹੈ ਜੋ ਕਿ ਸਰਕਾਰ ਕਹਿੰਦੀ 48 ਘੰਟਿਆਂ ਦੇ ਵਿੱਚ ਵਚਾਊਗੀ ਲੇਕਿਨ ਉਹ 12 ਤੋਂ 13 ਦਿਨਾਂ ਦੇ ਵਿੱਚ ਵਿਚਾਈ ਹੈ ਰਵੀਲ ਸਿੰਘ ਮੇਰਾ ਨਾਮ ਤੇ ਪਿੰਡ ਮੇਰਾ ਲੋਹਾਰਾ ਜੀ ਤੇ ਮੈਂ ਕਣਕ ਵੇਚੀ 50 ਕਿੱਲਾਂ ਦੀ ਤੇ ਮੇਰੇ ਸਾਰੇ ਪੈਸੇ ਜਾਨੀ ਆ ਗਏ ਆ 2 ਲੱਖ ਰੁਪਏ ਆ ਜੀ ਮੇਰਾ ਬੰਦਾ ਦੇ ਖਾਤੇ ਚ ਤੇ ਉਹ ਜਿਹੜੇ ਖਾਤੇ ਚ ਮੇਰੇ ਆ ਗਏ ਆ ਮੈਂ ਰਣਦੀਪ ਸਿੰਘ ਪਿੰਡ ਕਹਿਲਾ ਮੈਂ 3 ਏਕੜ ਕਣਕ ਵਜੀ ਸੀ ਜੋ ਕਿ ਮੈਂ ਮੰਡੀ ਵਿੱਚ ਵੇਚੀ ਹੈ ਤੇ ਮੈਨੂੰ ਉਸ ਦੀ ਅਦਾਇਗੀ ਜਿਹੜੀ ਕਿ ਖਾਤੇ ਵਿੱਚ ਆ ਗਈ ਹੈ ਤੇ ਡीडी ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNE DDK ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ R News ਜਲੰਧਰ ਤੇ Twitter handle ਅਤੇ Facebook page ਤੇ ਵੀ ਉਪਲਬਧ ਨੇ ਇਸ ਦਿਨ ਆਲੀ ਖਬਰਾਂ ਦੇ ਬੁਲੇਟਿਨ ਸਮਾਪਤ ਹੁੰਦਾ ਹੈ ਨਮਸਕਾਰ